ਸਵਾਗਤ ਹੈ ਆਪ ਸਭ ਦਾ ਫੋਕਸ ਪੰਜਾਬੀ ਪ੍ਰੋਗਰਾਮ ਦੇ ਵਿੱਚ ਪਹਿਲੇ ਸੈਗਮੈਂਟ ਪੇਸ਼ ਨੇ ਖਬਰਾਂ ਵੈਸਟ ਐਡਮਿੰਟਨ ਸਥਿਤ ਔਰਤਾਂ ਦੀ ਇੱਕ ਸੰਸਥਾ ਦੇ ਵਿੱਚ ਲੰਘੀ ਰਾਤ ਸਾੜ ਫੂਕ ਦੀ ਘਟਨਾ ਵਾਪਰੀ ਲੰਘੀ ਰਾਤ ਐਡਮਿੰਟਨ ਵਿੱਚ ਔਰਤਾਂ ਦੀ ਸੰਸਥਾ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਪੁਲਿਸ ਦੀ ਸੂਚਨਾ ਅਨੁਸਾਰ ਇਹ ਘਟਨਾ ਰਾਤੀ ਲਗਭਗ 11:40 ਤੇ ਵਾਪਰੀ ਪੁਲਿਸ ਸੂਤਰਾਂ ਅਨੁਸਾਰ ਸੁਰੱਖਿਆ ਗਾਰਡਾਂ ਅਤੇ ਕੈਦੀਆਂ ਵਿਚਕਾਰ ਕੁਝ ਝਗੜਾ ਹੋ ਗਿਆ ਜਿਸ ਉਪਰੰਤ ਇਹ ਘਟਨਾ ਵਾਪਰੀ ਪੁਲਿਸ ਨੂੰ ਸ਼ੱਕ ਹੈ ਕਿ ਇਹ ਸਾੜ ਫੂਕ ਦੀ ਘਟਨਾ ਨੂੰ ਜਾਣ ਬੁੱਝ ਕੇ ਅੰਜਾਮ ਦਿੱਤਾ ਗਿਆ ਹੈ 1995 'ਚ ਬਣਾਈ ਗਈ ਇਸ ਸੰਸਥਾ 'ਚ 167 ਕੈਦੀਆਂ ਦੀ ਸਮਰੱਥਾ ਹੈ ਪੁਲਿਸ ਵੱਲੋਂ ਇਸ ਘਟਨਾ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਸਰਕਾਰ ਦੇ ਇੱਕ ਬੁਲਾਰੇ ਵੱਲੋਂ ਕਾਰਪੋਰੇਟ ਟੈਕਸ ਕੱਟ ਸੰਬੰਧੀ ਦਿੱਤੀ ਗਈ ਰਿਪੋਰਟ ਦੀ ਨੋਟਲੇ ਨੇ ਕੀਤੀ ਤਿੱਖੀ ਆਲੋਚਨਾ ਵਿਰੋਧੀ ਧਿਰ ਦੀ ਨੇਤਾ ਰਿਚਰਡ ਨੋਟਲੇ ਨੇ ਸਰਕਾਰ ਦੇ ਬੁਲਾਰੇ ਵੱਲੋਂ ਕਾਰਪੋਰੇਟ ਟੈਕਸ ਸੰਬੰਧੀ ਕਟੌਤੀ ਸੰਬੰਧੀ ਦਿੱਤੀ ਗਈ ਰਿਪੋਰਟ ਦੀ ਤਿੱਖੀ ਆਲੋਚਨਾ ਕੀਤੀ ਹੈ ਨੋਟਲੇ ਨੇ ਆਖਿਆ ਹੈ ਕਿ ਚੋਣਾਂ ਦੌਰਾਨ UCP ਨੇ ਵਾਅਦਾ ਕੀਤਾ ਸੀ ਕਿ ਉਹ ਕਾਰਪੋਰੇਟ ਟੈਕਸ ਨੂੰ 12% ਤੋਂ ਘਟਾ ਕੇ 8% ਕਰਨਗੇ ਇਸ ਸੰਬੰਧੀ ਜੁਲਾਈ 2019 'ਚ 1% ਕਾਰਪੋਰੇਟ ਟੈਕਸ ਨੂੰ ਘੱਟ ਕੀਤਾ ਗਿਆ ਅਤੇ 1 ਜਨਵਰੀ ਤੋਂ 1% ਹੋਰ ਘਟਾ ਕੇ 10% ਕੀਤਾ ਗਿਆ ਨੋਟਲੇ ਅਨੁਸਾਰ 2023 ਤੱਕ ਖਜ਼ਾਨੇ ਉੱਤੇ ਇੰਝ ਕਰਨ ਨਾਲ 2.4 ਬਿਲੀਅਨ ਦਾ ਭਾਰ ਪਵੇਗਾ ਇਸ ਦੇ ਨਾਲ ਹੀ ਸੂਬੇ ਵਿੱਚ ਨੌਕਰੀਆਂ ਜਾਣਗੀਆਂ ਅਤੇ ਹੋਰ ਕਟੌਤੀਆਂ ਹੋਣਗੀਆਂ ਜਿਸ ਲਈ UCP ਸਰਕਾਰ ਹੀ ਜ਼ਿੰਮੇਵਾਰ ਹੋਵੇਗੀ Jason Kenney cut taxes for corporations, but he hiked them for Alberta families. Now, we warned that this policy would fail. And as it turns out, our official opposition caucus members weren't the only ones who had concerns about this premier's $4.7 billion handout. This morning, you've all been given copies of a briefing note that was made public through a Freedom of Information request made by the Alberta Federation of Labour. The professional advice from Treasury Board and finance officials in the government of Alberta was that these studies could not be reliably applied to the Alberta economy and that dropping the corporate tax rate was unlikely to promote investment or job creation, as Jason Kenney promised. Finance officials knew that major investment decisions in the energy sector were influenced by other factors, primarily market access constraints, the regulatory environment, and demands from the capital markets. Alberta vich aun waliyan municipal chunavan de neeman de vich kuj sodha kitiya janagiya. Is sambandhi municipal mantri ne kita nava khulasa. Is saal spring de ਮੌਸਮ ਵਿੱਚ ਮਿਊਂਸਪਲ ਚੋਣਾਂ ਸੰਬੰਧੀ ਨਿਯਮਾਂ 'ਚ ਕੁਝ ਤਬਦੀਲੀਆਂ ਕੀਤੀਆਂ ਜਾਣਗੀਆਂ ਇਹ ਸ਼ਬਦ ਅਲਬਰਟਾ ਦੇ ਮਿਊਂਸਪਲ ਮਾਮਲਿਆਂ ਦੇ ਮੰਤਰੀ KC ਮਾਡੂ ਨੇ ਅਲਬਰਟਾ ਅਰਬਨ ਮਿਊਂਸਪੈਲਿਟੀ ਐਸੋਸੀਏਸ਼ਨ ਦੇ ਸੰਮੇਲਨ ਦੌਰਾਨ ਸੰਬੋਧਨ ਕਰਦਿਆਂ ਐਲਾਨੀ ਉਹਨਾਂ ਕਿਹਾ ਕਿ ਇਹਨਾਂ ਤਬਦੀਲੀਆਂ ਵਿੱਚ ਧਨ ਦੇ ਯੋਗਦਾਨ ਦੀ ਸੀਮਾ ਡੋਨੇਸ਼ਨ ਸੰਬੰਧੀ ਨਿਯਮ ਅਤੇ ਥਰਡ ਪਾਰਟੀ ਐਡਵਰਟਾਈਜ਼ਿੰਗ ਸੰਬੰਧੀ ਤਬਦੀਲੀਆਂ ਹੋਣਗੀਆਂ ਇਸੇ ਦੌਰਾਨ KC ਮਾਡੂ ਨੇ ਇਹ ਵੀ ਸਪਸ਼ਟ ਕੀਤਾ ਕਿ ਉਹਨਾਂ ਦੀ ਸਰਕਾਰ ਦੀ ਅਜਿਹੀ ਕੋਈ ਇੱਛਾ ਨਹੀਂ ਕਿ ਮਿਊਂਸਪਲ ਚੋਣਾਂ 'ਚ ਪੱਖਪਾਤੀ ਸਿਆਸਤ ਦੀ ਦਖਲ ਅੰਦਾਜ਼ੀ ਹੋਵੇ ਕੈਲਗਰੀ ਦੇ ਹਵਾਈ ਅੱਡੇ ਉੱਤੇ ਯਾਤਰੀਆਂ ਦਾ ਹੋਇਆ ਨਵਾਂ ਰਿਕਾਰਡ ਕਾਇਮ 2019 ਦੇ ਵਿੱਚ ਕੈਲਗਰੀ ਏਅਰਪੋਰਟ ਅਥਾਰਟੀ ਵੱਲੋਂ ਅੱਜ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਬੋਇੰਗ 737 ਮੈਕਸ ਏਅਰਕ੍ਰਾਫਟ ਦੀਆਂ ਉਡਾਨਾਂ ਰੋਕਣ ਦੇ ਬਾਵਜੂਦ ਵੀ ਕੈਲਗਰੀ ਦੇ ਅੰਤਰਰਾਸ਼ਟਰੀ ਏਅਰਪੋਰਟ 'ਤੇ 2019 'ਚ ਯਾਤਰੀਆਂ ਦੇ ਪੱਖੋਂ ਸਭ ਤੋਂ ਵੱਧ ਰੁਝੇਵਾਂ ਭਰਿਆ ਸਾਲ ਰਿਹਾ ਜੋ ਕਿ ਆਪਣੇ ਆਪ 'ਚ ਇੱਕ ਰਿਕਾਰਡ ਸੀ ਏਅਰਪੋਰਟ ਅਥਾਰਟੀ ਅਨੁਸਾਰ 2019 ਵਿੱਚ 18 ਮਿਲੀਅਨ ਯਾਤਰੀ ਹਵਾਈ ਅੱਡੇ 'ਤੇ ਪਹੁੰਚੇ ਜਾਂ ਇੱਥੋਂ ਬਾਹਰ ਰਵਾਨਾ ਹੋਏ ਜਦੋਂ ਕਿ 2018 ਦੇ ਮੁਕਾਬਲੇ 6 ਲੱਖ ਯਾਤਰੀ ਵੱਧ ਨੇ ਏਅਰਪੋਰਟ ਅਥਾਰਟੀ ਦਾ ਕਹਿਣਾ ਹੈ ਕਿ 2019 'ਚ ਯਾਤਰੀਆਂ ਦੀ ਸੰਖਿਆ ਵਧਣ ਦਾ ਮੁੱਖ ਕਾਰਨ ਕੈਲਗਰੀ ਤੋਂ ਅਮਰੀਕਾ ਦੇ ਬੋਸਟਨ ਅਤੇ ਆਸਟਿਨ ਅਤੇ ਅਟਲਾਂਟਾ ਲਈ ਨਵੀਆਂ ਉਡਾਨਾਂ ਦਾ ਸ਼ੁਰੂ ਹੋਣਾ ਹੈ ਇਸੇ ਤਰ੍ਹਾਂ ਯੂਰਪ ਤੋਂ ਵੈਸਟ ਜੈਟ ਡ੍ਰੀਮ ਲਾਈਨਰ ਦੀ ਉਡਾਨ ਦਾ ਸ਼ੁਰੂ ਹੋਣਾ ਵੀ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਡਰੰਕ ਡਰਾਈਵਿੰਗ ਤੇ ਕੇਸ ਦੇ ਵਿੱਚ ਇੱਕ ਪਿਓ ਨੇ ਆਪਣੀ ਧੀ ਨੂੰ ਹੀ ਮਾਰਿਆ ਕੈਲਗਰੀ ਦਾ ਵਸਨੀਕ ਇੱਕ ਪਿਤਾ ਡਰੰਕ ਡਰਾਈਵਿੰਗ ਕਰੈਸ਼ ਦੌਰਾਨ ਆਪਣੀ ਹੀ ਧੀ ਦੀ ਮੌਤ ਦਾ ਦੋਸ਼ੀ ਐਲਾਨਿਆ ਗਿਆ ਮਾਈਕਲ ਸ਼ੌਨ ਨਾਮੀ ਇਸ ਪਿਤਾ
ਦੇ ਉੱਤੇ 6 ਵੱਖ-ਵੱਖ ਤਰ੍ਹਾਂ ਦੇ ਦੋਸ਼ ਲੱਗੇ ਨੇ। ਅਕਤੂਬਰ 2016 ਵਿੱਚ ਕੈਲਗਰੀ ਦੇ ਮੈਕਨਾਈਟ ਬੁਲੇਵਾਰਡ 'ਚ ਵਾਪਰੇ ਇਸ ਹਾਦਸੇ ਦੌਰਾਨ 17 ਵਰ੍ਹਿਆਂ ਦੀ ਮੇਗਨ ਨਾਂ ਦੀ ਉਸਦੀ ਧੀ ਉਸਦੀ ਉਸ ਸਮੇਂ ਮੌਤ ਹੋ ਗਈ ਸੀ ਜਦੋਂ ਉਸ ਨੂੰ ਪਿਤਾ ਦੀ ਜੀਭ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ ਸੀ। It's been difficult for all of our families to see and hear things that were being said, and so it was incredibly validating to be able to sit there and see her say those words of guilty. This is the best day ever. We are just so grateful for those people who stopped and helped and called 911 and stayed with them, held their hands, and said they were loved. It was all that we could ask for. We're looking forward to sentencing, but we're really happy that this part is now closed and we can move past it. As a family, we can finally grieve, not having this hanging over us, and we can just go forward celebrating Megan and Kelsey every single day. Calgary ਦੇ ਵਿੱਚ supervised consumption site ਖੋਲਣ ਲਈ ਮੇਅਰ ਨਹੀਂ ਨੈਂਸ਼ੀ ਨੇ ਅੱਜ ਗਲਤੀ ਕਬੂਲੀ। ਨਸ਼ਾ ਨਾਲ ਹੋ ਰਹੀਆਂ ਮੌਤਾਂ ਦੀ ਵੱਧ ਰਹੀ ਸੰਖਿਆ ਨੂੰ ਰੋਕਣ ਦੇ ਉਦੇਸ਼ ਨੂੰ ਲੈ ਕੇ ਕੈਲਗਰੀ ਦੇ ਸ਼ੈਲਡਨ ਹੈਲਥ ਸੈਂਟਰ ਵਿਖੇ ਜੋ ਇੱਕ ਸੁਪਰਵਾਈਜ਼ ਕੰਜ਼ੰਪਸ਼ਨ ਸਾਈਟ ਖੋਲ੍ਹੀ ਗਈ ਸੀ ਉਹ ਇੱਕ ਗਲਤੀ ਸੀ। ਇਹ ਸ਼ਬਦ ਕੈਲਗਰੀ ਦੇ ਮੇਅਰ ਨਹੀਂ ਨੈਂਸ਼ੀ ਨੇ ਇੱਕ ਇੰਟਰਵਿਊ ਦੌਰਾਨ ਐਲਾਨੇ। ਉਹਨਾਂ ਕਿਹਾ ਕਿ ਪੁਲਿਸ ਦੀ ਰਿਪੋਰਟ ਅਨੁਸਾਰ ਇਸ ਸਾਈਟ ਲਾਗੇ ਕ੍ਰਾਈਮ ਵਧਿਆ ਹੈ ਅਤੇ ਪ੍ਰਾਪਰਟੀ ਦੀ ਕੀਮਤ ਘਟੀ ਹੈ। When we first started, Edmonton's going to open 3 or 4 of them at the same time. We should only open one and see how it works. In retrospect, this may have been a mistake. As I've said for many years, I'm not a big fan of supervised consumption sites. I don't like them. I think they're an admission of failure on the part of our overall drug, mental health, and addictions policy. But I also recognize that they save lives. And if we ended up in a situation where Calgary was the only major city in Canada that didn't provide this service, what's going to happen? People are going to die. More people are going to die. So if the first part of the statement is, look, the Schumer is not working, but here's what we could do, I'm very happy to engage on that. If the recommendation is close the Schumer and don't replace it, that is a terrible public policy. So ਇਸ ਸਨ ਪਹਿਲੇ ਸੈਗਮੈਂਟ ਦਾ ਖਬਰਾਂ ਤੇ ਇਸ ਤੋਂ ਬਾਅਦ ਮਾਸ਼ਾ ਬ੍ਰੇਕ ਲੈਣੇ ਆ ਵਾਪਸ ਆਉਣੇ ਆ ਵੱਖ ਵੱਖ ਟੌਪਿਕ ਤੇ ਵਿਚਾਰ ਚਰਚਾ ਲਈ ਸੀ ਤਨਨ ਵਜੇ ਦੇ ਨਾਲ।